ਵਿਦੇਸ਼ਾਂ ਦੇ ਵਿੱਚ ਪੰਜਾਬੀ ਨੌਜਵਾਨਾਂ ਦੀ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਹੁਣ ਇੱਕ ਹੋਰ ਪੰਜਾਬੀ ਨੌਜਵਾਨ ਦੀ ਅਮਰੀਕਾ ਦੇ ਵਿੱਚ ਮੌਤ ਹੋ ਗਈ ਹੈ। ਚੰਗੇ ਭਵਿੱਖ ਦੇ ਲਈ 6 ਸਾਲ ਪਹਿਲਾਂ ਇਹ ਨੌਜਵਾਨ ਅਮਰੀਕਾ ਦੇ ਵਿੱਚ ਗਿਆ ਸੀ, ਪਰ ਉੱਥੇ ਜਾ ਕੇ ਅਚਾਨਕ ਹੀ ਇਸਦੀ ਤਬੀਅਤ ਖਰਾਬ ਹੋ ਜਾਂਦੀ ਹੈ। ਪੇਟ ਦੇ ਵਿੱਚ ਇਨਫੈਕਸ਼ਨ ਹੋ ਜਾਂਦੀ ਹੈ, ਆਪਰੇਸ਼ਨ ਵੀ ਹੁੰਦਾ ਤੇ ਹਸਪਤਾਲ ਦੇ ਵਿੱਚ ਦੱਸਿਆ ਜਾ ਰਿਹਾ ਕਿ ਇਲਾਜ ਦੇ ਦੌਰਾਨ ਇਸ ਨੌਜਵਾਨ ਦੀ ਮੌਤ ਹੋ ਗਈ ਹੈ। ਤਾਂ ਦੱਸੀਏ ਕਿ ਇਹ ਨੌਜਵਾਨ ਪਰਵਿੰਦਰ ਸਿੰਘ ਇਸਦੀ ਪਹਿਚਾਣ ਹੋਈ ਹੈ, ਜੋ ਕਿ ਮੁਕੇਰੀਆ ਦੇ ਪਿੰਡ ਸ਼ੇਰਪੁਰ ਦਾ ਰਹਿਣ ਵਾਲਾ ਸੀ। 6 ਸਾਲ ਪਹਿਲਾਂ ਆਪਣੇ ਚੰਗੇ ਭਵਿੱਖ ਦੇ ਲਈ ਅਮਰੀਕਾ ਦੇ ਵਿੱਚ ਗਿਆ ਸੀ। ਅਮਰੀਕਾ ਦੇ ਮੈਰੀਲੈਂਡ ਦੇ ਵਿੱਚ ਇਹ ਰਹਿ ਰਿਹਾ ਸੀ ਤੇ ਉੱਥੇ ਕੰਮ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਸੀ, ਪਰ ਅਚਾਨਕ ਇਸਦੇ ਪੇਟ ਦੇ ਵਿੱਚ ਇਨਫੈਕਸ਼ਨ ਹੁੰਦੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਇਸਦਾ ਇਲਾਜ ਚੱਲਦਾ। ਹਸਪਤਾਲ ਦੇ ਵਿੱਚ ਦੱਸਿਆ ਜਾ ਰਿਹਾ ਕਿ ਜਦੋਂ ਆਪਰੇਸ਼ਨ ਹੁੰਦਾ ਤਾਂ ਆਪਰੇਸ਼ਨ ਦੇ ਦੌਰਾਨ ਇਸਦੀ ਮੌਤ ਹੋ ਗਈ ਹੈ। ਦੱਸਦੀਏ ਕਿ ਹੁਣ ਇਹ ਨੌਜਵਾਨ ਜਦੋਂ ਚਲਾ ਗਿਆ ਇਸ ਸੰਸਾਰ ਤੋਂ ਤਾਂ ਇਸਦੇ ਪਿੱਛੇ ਇਸਦੇ ਦੋ ਬੱਚੇ ਅਤੇ ਪਤਨੀ ਦੇ ਨਾਲ ਨਾਲ ਬਜ਼ੁਰਗ ਮਾਪਿਆਂ ਨੂੰ ਇੱਥੇ ਇਕੱਲਾ ਹੀ ਛੱਡ ਗਿਆ। 6 ਸਾਲ ਪਹਿਲਾਂ ਇਸ ਨੂੰ ਬੜੇ ਚਾਵਾਂ ਦੇ ਨਾਲ ਮਾਪਿਆਂ ਨੇ ਅਮਰੀਕਾ ਦੇ ਵਿੱਚ ਭੇਜਿਆ ਸੀ ਕਿ ਸ਼ਾਇਦ ਉਹਨਾਂ ਦੇ ਵੀ ਚੰਗੇ ਦਿਨ ਆਉਣਗੇ, ਪਰ ਅਚਾਨਕ ਹੀ ਜੋ ਹੁਣ ਇਹਨੂੰ ਕੌਣ ਰੋਕ ਸਕਦਾ। ਤਾਂ ਦੱਸ ਦਈਏ ਕਿ ਇੱਕ ਪੰਜਾਬੀ ਨੌਜਵਾਨ ਦੀ ਹੋਰ ਅਮਰੀਕਾ ਦੇ ਵਿੱਚ ਮੌਤ ਹੋ ਗਈ ਹੈ। ਫਿਲਹਾਲ ਹੁਣ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਸਰਕਾਰ ਦੇ ਕੋਲ ਇਹੀ ਗੁਹਾਰ ਲਗਾਈ ਜਾ ਰਹੀ ਹੈ ਕਿ ਉਹਨਾਂ ਦੇ ਪੁੱਤ ਦੀ ਜੋ ਮ੍ਰਿਤਕ ਦੇਹ ਹੈ ਉਸਨੂੰ ਜਲਦ ਤੋਂ ਜਲਦ ਵਤਨ ਵਾਪਸ ਲਿਆਂਦਾ ਜਾਵੇ ਤਾਂ ਜੋ ਉਸਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ। ਤਾਂ ਮੁਕੇਰੀਆ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਅਮਰੀਕਾ ਦੇ ਵਿੱਚ ਗਏ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ, ਜਿਸਦੀ ਕਿ ਪਹਿਚਾਣ ਪਰਵਿੰਦਰਪਾਲ ਸਿੰਘ ਵਜੋਂ ਹੋਈ ਹੈ, ਜੋ ਕਿ ਮੁਕੇਰੀਆ ਦੇ ਪਿੰਡ ਸ਼ੇਰਪੁਰ ਦਾ ਰਹਿਣ ਵਾਲਾ ਸੀ। 6 ਸਾਲ ਪਹਿਲਾਂ ਇਹ ਅਮਰੀਕਾ ਦੇ ਵਿੱਚ ਗਿਆ ਸੀ। ਗੱਲਬਾਤ ਜਿਹਦੇ ਦੀਆਂ ਪਾਈਪਾਂ ਪਈਆਂ ਉਦੋਂ ਤੱਕ ਗੱਲਬਾਤ ਨਹੀਂ ਹੋਈ। ਔਨਲਾਈਨ ਕਲਾਸਾਂ ਆਪਾਂ ਲਾਉਂਦੇ ਹਾਂ, ਉਹ ਵਾਲੇ ਐਪ 'ਤੇ ਉਹਨਾਂ ਨੇ ਸਾਡੇ ਨਾਲ ਗੱਲ ਕਰਵਾਈ। ਉਹਨਾਂ ਉਹ ਵਾਲੇ ਐਪ 'ਤੇ ਸਾਨੂੰ ਗੱਲ ਕਰਾਈ ਅਤੇ ਉਹ 'ਚ ਤਾਂ ਬੜੇ ਸੋਹਣੇ ਠੀਕ ਠਾਕ ਸੀ। ਅੱਖਾਂ ਚਮਕਾਈਆਂ ਉਹਨਾਂ ਨੇ, ਹੱਥ ਮੇਰੀ ਭੈਣ ਨੇ ਬੋਲਿਆ ਕਿ ਪਾਪਾ ਹੱਥ ਹਿਲਾਓ, ਹਿਲਾਇਆ ਵੀ ਹੱਥ, ਫਿਰ ਬਾਅਦ 'ਚ ਪਤਾ ਨਹੀਂ ਕਿਵੇਂ ਹੋ ਗਿਆ। ਕਿੰਨੇ ਚਿਰ ਹੋ ਗਿਆ ਆਪਣੇ ਪਾਪਾ ਨੂੰ ਦੇਖੇ ਨੂੰ? ਮੈਂ ਯਾਦ ਆਪਣੇ ਪਾਪਾ ਦੇ ਬਾਰੇ ਕੁਛ ਕੀ? ਮੈਨੂੰ ਹੁਣ ਫੋਨ ਜਦੋਂ ਲਾਉਂਦੇ ਨਾ ਤਾਂ ਉਹਨਾਂ ਨੇ ਕਹਿਣਾ ਕਿ ਮੈਂ ਤੈਨੂੰ ਬਹੁਤ ਖੜਾਇਆ। ਮੇਰੀ 19 ਜੁਲਾਈ ਨੂੰ ਗੱਲ ਹੋਈ ਸੀ 3:45 ਵਜੇ। ਦੁਪਹਿਰ ਦੇ ਮੈਨੂੰ ਫੋਨ ਆਇਆ, ਵੀਡੀਓ ਕਾਲ ਆਈ, ਗੱਲ ਕੀਤੀ। ਮੈਂ ਆਪਣੇ ਪੇਕੇ ਘਰ ਸੀ, ਮੇਰੇ ਸੱਸ ਸਹੁਰਾ ਵੀ ਉੱਥੇ ਆਇਆ ਸੀ, ਫੰਕਸ਼ਨ ਸੀ ਸਾਡੇ ਘਰ ਛੋਟਾ ਜਿਹਾ। ਮੈਨੂੰ ਫੋਨ ਕੀਤਾ, ਮੈਨੂੰ ਵੀਡੀਓ ਕਾਲ ਕੀਤੀ, ਮੈਂ ਕਿਹਾ ਅੱਜ ਟਾਈਮ ਨਾਲ ਫੋਨ ਕਰਤਾ। ਕਹਿੰਦੇ ਮੈਂ ਠੀਕ ਨਹੀਂ ਹੈਗਾ, ਮੈਂ ਹੋਸਪਿਟਲ ਆਇਆ। ਮੈਂ ਕਿਹਾ ਕੀ ਗੱਲ ਹੋਈ? ਕਹਿੰਦੇ ਮੇਰੇ ਢਿੱਡ ਦੁਖਦਾ ਪਿਆ ਏ ਅਤੇ ਮੈਂ ਇੱਥੇ ਹੋਸਪਿਟਲ ਆਇਆ। ਮੈਂ ਕਹਿੰਦੇ ਮੈਂ ਹੁਣ ਤੁਹਾਨੂੰ ਨਾ ਸਵੇਰੇ ਫੋਨ ਕਰਾਂਗਾ। ਮੈਂ ਕਿਹਾ ਠੀਕ ਏ। ਸਾਨੂੰ ਸਵੇਰੇ ਉਹਨਾਂ ਨੇ 7 ਵਜੇ ਫੋਨ ਕੀਤਾ, ਮੇਰੇ ਕੋਲ ਚੱਕ ਨਹੀਂ ਹੋਇਆ। ਮੈਂ ਦੁਬਾਰਾ ਲੈ ਲਿਆ ਫੋਨ, ਉਹਨਾਂ ਨੇ ਰੱਖ ਲਿਆ, ਫਿਰ ਮੁੜ ਕੇ ਗੱਲ ਨਹੀਂ ਹੋਈ ਸਾਡੀ। ਤੁਹਾਨੂੰ ਕਦੋਂ ਪਤਾ ਲੱਗਾ ਕਿ ਤੁਹਾਡੇ ਹਸਬੈਂਡ ਦੀ ਡੈਥ ਹੋ ਚੁੱਕੀ ਹੈ? ਸਾਨੂੰ ਪਰਸੋਂ ਰਾਤੀ 10:15 ਵਜੇ ਡਾਕਟਰਾਂ ਦਾ ਫੋਨ ਆਇਆ, ਕਹਿੰਦੇ ਸਾਰਾ ਕੁਛ ਡੈਮੇਜ ਹੋ ਗਿਆ, ਉਹਨਾਂ ਦਾ ਹਾਰਟ, ਦਿਮਾਗ, ਸਾਰਾ ਕੁਛ ਡੈਮੇਜ ਕਰ ਚੁੱਕੇ। ਬੱਚੇ ਕਿੰਨੇ ਤੁਹਾਡੇ? ਮੇਰਾ ਬੱਚਾ 4 ਸਾਲ ਦਾ ਛੱਡ ਕੇ ਗਿਆ ਸੀ, ਅੱਜ 10 ਸਾਲ ਦਾ ਹੋ ਗਿਆ। ਬੇਟੀ 3 ਮਹੀਨਿਆਂ ਦੀ ਛੱਡ ਕੇ ਗਿਆ, ਹੁਣ 7 ਸਾਲ ਦੀ ਹੋ ਗਈ ਮੇਰੀ ਬੇਟੀ। ਨਾ ਮੈਨੂੰ ਉਹਦੇ ਸੰਸਕਾਰ ਇੱਥੇ ਕਰੂੰਗੇ ਜੀ? ਕਿਸ ਤਰ੍ਹਾਂ? ਨਹੀਂ, ਉਹਨਾਂ ਦੀ ਡੈਡ ਬੋਡੀ ਇੱਥੇ ਨਹੀਂ ਆਣੀ ਹੈਗੀ। ਕੀ ਪੰਜਾਬ ਸਰਕਾਰ, ਭਾਰਤ ਸਰਕਾਰ ਤੋਂ ਕੀ ਮੰਗ ਕਰਦੇ ਤੁਸੀਂ? ਮੈਂ ਇਹੀ ਮੰਗ ਕਰਨਾ ਚਾਹੁੰਦੀ ਹਾਂ ਕਿ ਮੇਰੇ ਬੱਚਿਆਂ ਨੂੰ ਮੈਨੂੰ ਅਸੀਂ ਇੱਕ ਵਾਰੀ ਉਹਨਾਂ ਨੂੰ ਮਿਲਣਾ ਚਾਹੁੰਦੇ, ਅਸੀਂ ਆਪ ਆਪਣੇ ਹੱਥੀਂ ਸੰਸਕਾਰ ਕਰਨਾ ਚਾਹੁੰਦੇ, ਬੇਟਾ ਉਹਨਾਂ ਦਾ ਆਪ ਕਰੇਗਾ ਸੰਸਕਾਰ, ਇਹ ਮੰਗ ਕਰਦੇ ਹਾਂ ਅਸੀਂ। 1.5 ਮਹੀਨਾ ਪਹਿਲਾਂ ਦੀ ਗੱਲ ਹੈ, ਉਦੋਂ ਪਤਾ ਲੱਗਾ ਵੀ ਦਰਦ ਦੁਰਦ ਹੋਈ ਪੇਟ 'ਚ ਅਤੇ ਐਡਮਿਟ ਹੋਇਆ ਅਤੇ ਉਹਨਾਂ ਓਪਰੇਟ ਕਰਤਾ। ਸਾਨੂੰ ਦੱਸਿਆ ਬਸ ਵੀ ਇਨਫੈਕਸ਼ਨ, ਬਸ ਇਹੀ ਦੱਸਦੇ ਰਹੇ। ਬੇਟਾ ਮੈਰਿਡ ਸੀ? ਮੈਰਿਡ, ਹਾਂਜੀ।
ਕਿੰਨੇ ਬੱਚੇ? ਦੋ ਬੱਚੇ, ਇੱਕ ਬੁੱਢੀ ਹੈ ਇੱਕ ਲੜਕਾ। ਆਪ ਤੁਹਾਡੇ ਇਕਲੌਤਾ ਬੇਟਾ? ਹਾਂਜੀ ਛੋਟਾ। ਹਾਂਜੀ ਨਹੀਂ ਦੋ ਬੱਚੇ ਆ, ਤਿੰਨ ਬੱਚੇ ਉਹਦਾ ਅਤੇ ਇਹ ਛੋਟਾ ਹੀ ਸਾਰਾ। ਅਤੇ ਹੁਣ ਤੁਸੀਂ ਉਹਦੀ ਡੈੱਡ ਬੋਡੀ ਮੰਗਵਾਉਣੀ ਹੈ ਇੱਥੇ? ਨਹੀਂ ਉੱਥੇ ਸੰਸਕਾਰ ਕੀਤਾ ਜਾਵੇਗਾ। ਨੱਕ ਦੇ ਵਿੱਚ ਦੋ ਪੈਪਾਂ ਪਾਈਆਂ। ਮੈਂ ਕਿਹਾ ਕਹਿੰਦਾ ਮੰਮੀ ਮੈਨੂੰ ਕਹਿੰਦੇ ਨੇ ਤੇਰਾ ਨਾ ਆਪਰੇਸ਼ਨ ਛੋਟਾ ਜਿਹਾ ਕਰਨਾ। ਮੈਂ ਕਿਹਾ ਕਾਹਦਾ ਕਰਨਾ ਹੈ? ਕਹਿੰਦਾ ਮੰਮੀ ਇਨਫੈਕਸ਼ਨ ਕਹਿੰਦੇ ਨੇ। ਮੈਂ ਕਹਿੰਦੇ ਇਨਫੈਕਸ਼ਨ ਕੱਢ ਦਿਆਂਗੇ, ਤਰ ਚਾਰਾ ਪੰਜਾਂ ਦਿਨਾਂ 'ਚ ਤੂੰ ਠੀਕ ਹੋ ਜਾਏਗਾ। ਇਹੋ ਹੀ ਗੱਲ ਕੀਤੀ, ਮੁੜ ਕੇ ਨਹੀਂ ਕੋਈ ਵੀ ਕੀਤੀ। ਡੇਢ ਮਹੀਨਾ ਹੋ ਗਿਆ, ਉਹਨਾਂ ਮੂੰਹ ਵਿੱਚ ਪੈਪ ਪਾਤੀ, ਮੁੜ ਕੇ ਸਾਡੀ ਗੱਲ ਨਹੀਂ ਹੋਈ। ਇੰਡੀਆ ਨੂੰ ਕਹਿੰਦਾ ਸੀ ਮੰਮੀ ਮੈਂ ਦੋ ਸਾਲਾਂ ਨੇ, ਜੇ ਮੇਰੇ ਪੇਪਰ ਨਿਕਲਿਆ ਹੈ ਫਿਰ ਮੈਂ ਨਾ ਆਵਾਂਗਾ, ਪੱਕਾ ਹੋ ਗਿਆ ਤੇ ਬੱਚੇ ਆ ਜਾਣਗੇ, ਨਹੀਂ ਤੇ ਮੈਂ ਦੋ ਤਿੰਨ ਸਾਲ ਆ ਕੇ ਆਪਣੀ ਇੰਡੀਆ ਹੀ ਆ ਜਾਣਾ ਹੈ।